ਬਾਬਾ ਸਰਵਣ ਸਿੰਘ ਜੀ ਸਾਲਦਾਰ ਬੁੱਢਾ ਦਲ। ਕੀ ਮਸਲਾ ਜੀ ਹੈਗਾ? ਮਸਲਾ ਇੱਥੇ ਕੋਈ ਨਹੀਂ, ਮਸਲਾ ਇਸ ਤਰ੍ਹਾਂ ਹੈ ਕਿ ਇਹਦਾ ਲੜਾਈ ਦਾ ਹੈਗਾ ਸੀ ਪ੍ਰੋਗਰਾਮ, ਅਤੇ ਇਸ ਕਰਕੇ ਸਾਨੂੰ ਆਉਣਾ ਪਿਆ ਇੱਥੇ, ਅਤੇ ਦੂਜਾ ਇਹ ਖੇੜਾ ਸਾਹਿਬ ਦੱਸਦੇ ਜਨ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਮਨਮੋਹਨ ਸਿੰਘ ਖੇੜਾ, ਮਾਛੀਵਾੜਾ ਸਾਹਿਬ ਤੋਂ। ਇਹ ਸਥਾਨ ਦੇ ਉੱਤੇ ਇਸ ਤਰ੍ਹਾਂ ਹੈਗੀ ਆ ਗੱਲ ਵੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਆ। ਇਹਦਾ ਵਰਲਡ ਦੇ ਵਿੱਚ ਨਾਂ ਗੁਰੂ ਸਾਹਿਬਾਨ ਕਰਕੇ ਹੀ ਆ, ਅਤੇ ਇਹ ਕਿਸੇ ਦੀ ਨਿੱਜੀ ਪ੍ਰੋਪਰਟੀ ਹੋ ਨਹੀਂ ਸਕਦੀ। ਅਤੇ ਆਮ ਕਰਕੇ ਜਿਹੜੀਆਂ ਵੀ ਇਤਿਹਾਸਿਕ ਜਗ੍ਹਾ ਨੇ, ਉਹ ਇਤਿਹਾਸਿਕ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਬਜ ਆ। ਅਤੇ ਇਹ ਜਿਹੜਾ ਸਥਾਨ ਆ, ਇਹ ਸਥਾਨ ਕਾਰ ਸੇਵਾ ਵਾਲੇ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਉਹਨਾਂ ਨੂੰ ਦਿੱਤਾ ਹੋਇਆ ਸੀ, ਕਿਉਂਕਿ ਇਸ ਸਥਾਨ ਦੇ ਉੱਤੇ ਬੈਠ ਕੇ, ਇਸ ਮਾਛੀਵਾੜੇ ਦੀ ਧਰਤੀ ਦੇ ਉੱਤੇ ਕਰੋੜਾਂ ਰੁਪਈਆ ਬਾਬਾ ਜੀ ਨੇ ਇੱਥੇ ਖਰਚ ਕੀਤਾ। ਵੱਡੀਆਂ ਵੱਡੀਆਂ ਬਿਲਡਿੰਗਾਂ, ਗੁਰਦੁਆਰਾ ਚਰਨਕਮ ਸਾਹਿਬ, ਗੁਰਦੁਆਰਾ ਆਪਣੇ ਚਿਵਾਰਾ ਸਾਹਿਬ, ਗੁਰਦੁਆਰਾ ਗਨੀਖਾਂ ਨਮੀਖਾਂ, ਗੁਰਦੁਆਰਾ ਕਿਰਪਾਨ ਭੇਟ 'ਤੇ ਵੀ ਸੇਵਾ ਕੀਤੀ, ਅਤੇ ਹੁਣ ਵੀ ਅਤੇ ਸੇਵਾ ਪੌਤ ਪਿੰਡ ਦੇ ਵਿੱਚ ਬੜਾ ਵੱਡਾ ਹਾਲ ਬਣ ਰਿਹਾ, ਅਤੇ ਉੱਧਰ ਆਪਣੇ ਵੱਡਾ ਹਾਲ ਬਣ ਰਿਹਾ ਹੈਗਾ ਆਪਣੇ ਲੱਲਾਂ ਕੁੱਬਿਆਂ ਦੇ ਵਿੱਚ, ਹੋਰ ਵੀ ਸੇਵਾ ਚੱਲਦੀ ਆ। ਸੋ ਇਹ ਜਿਹੜੇ ਅਸਥਾਨ ਨੇ ਇੰਡੀਆ ਭਰ ਦੇ ਵਿੱਚ ਇਤਿਹਾਸਿਕ ਜਗ੍ਹਾ ਨੇ, ਕਿਤੇ ਕਿਤੇ ਵੀ ਪੈਰਲਰ ਜਾਣੀ ਬਰਾਬਰ ਕਾਰ ਸੇਵਾ ਵਾਲਿਆਂ ਦੀ ਕੋਈ ਕਮੇਟੀ ਨਹੀਂ ਬਣੀ ਹੋਈ ਕਿਤੇ ਵੀ, ਅਤੇ ਸੰਗਤ ਰਾਏ ਦੇ ਦਿੰਦੀ ਆ। ਅਤੇ ਹੁਣ ਇੱਥੇ ਗੱਲਬਾਤ ਇਹ ਸੀ, ਜਦੋਂ ਨੋਟਬੰਦੀ ਹੋਈ, ਨੋਟਬੰਦੀ ਹੋਣ ਤੋਂ ਉਪਰੰਤ ਬਾਬਾ ਸੱਚਖੰਡ ਵਾਸੀ ਬਾਬਾ ਜਰਨੈਲ ਸਿੰਘ ਉਹਨਾਂ ਦੇ ਕੋਲ 3 ਕਰੋੜ ਰੁਪਈਆ ਪਿਆ ਸੀ। ਹੁਣ ਜੇ ਉਹ ਕਿਸੇ ਪਾਸੇ ਜਮ੍ਹਾਂ ਨਹੀਂ ਸੀ ਕਰਾਉਂਦੇ, ਉਹ ਪੈਸਾ ਖਰਾਬ ਹੁੰਦਾ ਸੀ। ਅਤੇ ਜਿਹੜੇ ਵੀ ਬੰਦੇ ਇੱਥੇ ਬਾਬਾ ਜੀ ਦੇ ਨਜ਼ਦੀਕੀ ਸੀ, ਉਹਨਾਂ ਬੰਦਿਆਂ ਦੀ ਬਾਬਾ ਜੀ ਨੇ ਕਮੇਟੀ ਬਣਾ ਕੇ ਉਹ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਵਾਤਾ, ਉਹ ਜਮ੍ਹਾਂ ਕਰਵਾਤਾ। ਉਸ ਕਮੇਟੀ ਦੀ ਜਿਹੜੀ ਗੱਲਬਾਤ ਆ, ਥੋੜ੍ਹੀ ਬਹੁਤੀ ਕੋਈ ਇਹ ਸੰਗਤ ਦੇ ਨਾਲ ਕੋਈ ਗੱਲਬਾਤ ਹੋਈ ਵੀ ਨਹੀਂ ਜੀ, ਇਹ ਤਾਂ ਇਹ ਗੁਰੂ ਘਰ ਜਿਵੇਂ ਹੁਣ ਚੱਲ ਰਿਹਾ ਵੀ ਇੱਕ ਕਿਸੇ ਗਿੱਲਾਂ ਵਾਲਿਆਂ ਦਾ ਜਾਂ ਇਸ ਤਰ੍ਹਾਂ ਕੋਈ ਗੱਲ ਚੱਲੀ, ਅਤੇ ਉਹ ਕਮੇਟੀ ਨੇ ਉਹ ਅਸਤੀਫਾ ਦੇ ਕੇ ਜਿਹੜੀਆਂ ਚਾਬੀਆਂ ਸੀਗੀਆਂ ਉਹ ਆਪਣੇ ਜਿਹੜੇ ਕਿ ਆਪਣੇ ਸੁਖਵੰਤ ਗਿੱਲ ਸੀ ਉਹਨਾਂ ਨੂੰ ਦੇਤੀਆਂ। ਪੱਤਰਕਾਰ ਉਹ ਕਹਿੰਦੇ ਸੀ ਵੀ ਨਵੀਂ ਕਮੇਟੀ ਆਪਾਂ ਬਣਾ ਦਿੰਦੇ ਹਾਂ। ਸੋ ਨਵੀਂ ਕਮੇਟੀ ਬਣਨ ਤੋਂ ਪਹਿਲਾਂ ਹੀ ਸੁਖਵੰਤ ਸਿੰਘ ਗਿੱਲ ਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਫਿਰ ਦਲਜੀਤ ਸਿੰਘ ਗਿੱਲ ਵਗੈਰਾ, ਟੋਟਲ ਅਮਾਊਂਟ ਇਉਂ ਸੀਗੀ ਵੀ ਜਿਹੜੀ ਪਹਿਲੀ ਕਮੇਟੀ ਸੀ ਉਹਨੇ 2,96,00,000 ਰੁਪਈਆ ਇਹਨਾਂ ਨੂੰ ਦਿੱਤਾ, ਅਤੇ ਉਹਦੇ ਵਿੱਚ ਜਿਵੇਂ ਸੰਗਤ ਤੋਂ ਜਾਂ ਹੋਰ ਇੱਥੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਤੋਂ ਜਿਵੇਂ ਪਤਾ ਲੱਗਿਆ ਵੀ ਇਹ ਤਕਰੀਬਨ ਹੁਣ ਤਾਂ ਵੱਧ ਗੋਲਕ ਨਿਕਲਦੀ ਆ, ਦੋਨਾਂ ਪਾਸਿਆਂ ਦੀ ਗੋਲਕ ਹੁੰਦੀ ਆ, ਉਹ ਚਲੋ 12 ਮਹੀਨਿਆਂ ਦੀ 25,00,000 ਰੁਪਈਆ ਲਾ ਲਓ, ਅਤੇ ਮਿੱਟੀ ਵੀ 25 ਲੱਖ ਦੀ ਸੀਗੀ, ਅਤੇ 14-13-14 ਲੱਖ ਰੁਪਈਆ ਬਾਬਾ ਵਧਾਵਾ ਕਹਿੰਦਾ ਸੀ ਮੇਥੋਂ ਲਿਆ, ਅਤੇ ਕੁੱਲ ਮਿਲਾ ਕੇ ਤੁਸੀਂ ਲਾ ਲਓ ਵੀ 1,60,00,000 ਰੁਪਈਆ ਸੀਗਾ, 3,60,00,000 ਸੀਗਾ ਜੀ। 3,60,00,000 ਦੇ ਵਿੱਚੋਂ ਅਤੇ ਕੁਛ 11 ਲੱਖ ਰੁਪਈਆ ਬੈਂਕ ਦੇ ਵਿੱਚ ਪਿਆ, ਅਤੇ ਚਲੋ ਮਹਾਂਪੁਰਸ਼ਾਂ ਨੇ ਇਹ ਗੱਲ ਕਹੀ ਵੀ ਹਿਸਾਬ ਕਿਤਾਬ ਨਹੀਂ ਅਸੀਂ ਕਰਦੇ। ਮੇਰਾ ਖਿਆਲ ਆ ਪਹਿਲਾਂ ਵੀ ਮੈਂ ਇਹ ਗੱਲ ਕਹਿਤੀ ਵੀ ਅਸੀਂ ਤਾਂ ਭਾਈ ਸੰਗਤ ਸਾਨੂੰ ਅਸੀਂ ਪੰਡਾਂ ਬੰਨ੍ਹ ਕੇ ਦੇ ਦਿੰਦੀ ਆ, ਅਸੀਂ ਵੀ ਬਿਨਾਂ ਕਿ ਨਹੀਂ ਦੇ ਦਿੰਦੇ ਹਾਂ, ਤਾਂ ਸੰਗਤ ਰੱਖੀ ਹੋਈ ਆ ਵੀ ਹਿਸਾਬ ਕਿਤਾਬ ਨੂੰ ਛੱਡ ਦਿਓ। ਚਲੋ ਮਹਾਂਪੁਰਸ਼ਾਂ ਦੇ ਕਹਿਣ 'ਤੇ ਸੰਗਤ ਨੇ ਹਿਸਾਬ ਕਿਤਾਬ ਛੱਡਤਾ ਵੀ ਚਾਬੀਆਂ ਦੇ ਦਿਓ, ਕਾਰ ਸੇਵਾ ਵਾਲੇ ਉਸੇ ਤਰ੍ਹਾਂ ਹੀ ਕਾਰ ਸੇਵਾ ਆਪਣੀ ਨਿਰੰਤਰ ਜਾਰੀ ਰੱਖਣਗੇ। ਅਤੇ ਹੋਇਆ ਕੀ ਵੀ ਉਹਦੇ ਦਰਮਿਆਨ ਵੀ ਕਾਰ ਸੇਵਾ ਵਾਲਿਆਂ ਨੇ ਵੀ ਕਿਹਾ ਸੁਣਿਆ ਰਾ ਵਗੈਰਾ ਵੀ ਉਹ ਚਾਬੀਆਂ ਦੇਣ ਤੋਂ ਮੁੱਕਰ ਗਏ, ਚਾਬੀਆਂ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਚਾਬੀ ਆ ਜਿਹੜੀ ਰਠੌਰ ਹੈਗਾ, ਰਠੌਰ ਜਿਹਦਾ ਨਾਂ ਜਗਦੀਸ਼ ਸਿੰਘ ਰਠੌਰ ਆ, ਉਹਨੇ ਚਾਬੀਆਂ ਨਹੀਂ ਦਿੱਤੀਆਂ। ਜਦਕਿ ਉਹ ਜਗਦੀਸ਼ ਸਿੰਘ ਰਠੌਰ ਹੀ ਇਹ ਗੱਲ ਦੱਸ ਸਕਦਾ ਹੈ ਗੱਲ ਕਿ 1,13,00,000 ਰੁਪਈਏ ਦੇ ਕਰੀਬ ਤਾਂ ਪਰਸਨਲ ਖਾਤਿਆਂ ਦੇ ਵਿੱਚ ਪੈਸੇ ਗਏ ਹੋਏ ਨੇ, ਉਹ ਸੰਗਤ ਨੂੰ ਦੇਣ ਹਿਸਾਬ ਜੇ ਚਾਬੀਆਂ ਨਹੀਂ ਦੇਣੀਆਂ ਹੈਗੀਆਂ। ਚਾਬੀਆਂ ਦਾ ਅਕਸਰ ਸੰਗਤ ਦੀਆਂ ਚਾਬੀਆਂ, ਸੰਗਤ ਦੀ ਇਹ ਜਗ੍ਹਾ,
ਕਿਉਂਕਿ ਇਹ ਜਿਹੜਾ ਵਰਤਾਵਾ ਉਹਨਾਂ ਨੇ ਇਹ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ। ਕੱਲ੍ਹ ਗੱਲ ਕਰਦੇ ਹੋ ਪਰਸਨਲ ਖਾਤਿਆਂ 'ਚ ਪੈਸੇ ਗਏ ਨੇ, ਕਮੇਟੀ ਮੈਂਬਰਾਂ ਦੇ ਪਰਸਨਲ ਖਾਤਿਆਂ 'ਚ ਪੈ ਗਏ? ਕਮੇਟੀ ਮੈਂਬਰ ਹੀ ਸੀਗੇ ਜੀ, ਉਹਨਾਂ ਦੇ ਖਾਤਿਆਂ 'ਚ ਹੀ ਆ ਜੀ, ਕਿਉਂਕਿ ਜਿੱਦਾਂ ਆਪਾਂ ਕੰਮ ਕਰਦੇ ਹਾਂ, ਕੰਮ ਪੈਸੇ ਚੈੱਕ ਕੱਟੋ, ਜਿੱਥੇ ਕੰਮ ਕਰਦੇ ਹਾਂ ਉੱਥੇ ਪੈਸੇ ਦੇ ਦਿਓ, ਪੈਸੇ ਉੱਥੇ ਚਲੇ ਜਾਣ, ਰਿਕਾਰਡ ਹੋ ਜੂਗਾ ਰਿਕਾਰਡ। ਕਿੰਨੇ ਪੈਸੇ ਕਮੇਟੀ ਮੈਂਬਰਾਂ ਦੇ ਖਾਤੇ 'ਚ ਗਏ ਜੀ? ਕਮੇਟੀ ਮੈਂਬਰ ਇਹ ਇੱਕ ਦੇ ਖਾਤੇ 'ਚ ਹੀ ਨੇ, ਇਹ ਪਤਾ ਲੱਗੂਗਾ ਜਿਹੜੇ ਇਹਦੀ ਇਨਕੁਆਇਰੀ ਹੋਵੇ, ਇਨਕੁਆਇਰੀ ਦੱਸੂ ਵੀ ਕਿੰਨੇ ਗਏ ਹੋਏ ਆ। ਇਹ ਮੋਟਾ ਜਿਹਾ ਹਿਸਾਬ ਕਿਤਾਬ ਦੇਖਿਆ ਸੀ ਵੀ 1,13,00,000 ਰੁਪਈਆ ਬਣਦਾ ਹੋਈ, ਅਤੇ ਕੱਲ੍ਹ ਕੀ ਗੱਲ ਹੋਈ, ਕੱਲ੍ਹ ਵੀ ਕਾਬਜ਼ ਇਹਦੇ 'ਤੇ ਕਮੇਟੀ ਕੋਈ ਹੁਣ ਕਾਬਜ਼ ਹੈ ਨਹੀਂ, ਕਮੇਟੀ ਦਾ ਤਾਂ ਅਸਤੀਫਾ ਹੋ ਚੁੱਕਿਆ, ਪਰ ਫਿਰ ਵੀ ਕਮੇਟੀ ਛੱਡਣ ਨੂੰ ਤਿਆਰ ਹੈ ਨਹੀਂ ਸੀਗੀ, ਜੋ ਵੀ ਬੰਦੇ ਹੈਗੇ ਕਾਰ ਸੇਵਾ ਉੱਥੇ, ਉਹ ਦਰਵਾਜ਼ਾ ਬੰਦ ਕਰ ਦੇਣਾ ਪਰਲਾ ਵੀ ਇੱਧਰਲੇ ਪਾਸੇ ਆਹ ਨਾ ਕਰੋ ਆਹ ਨਾ ਕਰੋ, ਅਤੇ ਮਹਾਂਪੁਰਸ਼ਾਂ ਦੀਆਂ ਗੱਡੀਆਂ ਇੱਥੋਂ ਲੈ ਗਏ, ਮਹਾਂਪੁਰਸ਼ਾਂ ਦਾ ਕਹਿੰਦੇ ਨਾਂ ਉੱਤੋਂ ਕਾਰ ਸੇਵਾ ਵਾਲਿਆਂ ਦਾ ਮਟਿਆ, ਅਤੇ ਉਹਦੇ ਕਰਕੇ ਫਿਰ ਸੰਗਤ ਇੱਥੇ ਸਾਰੀ ਆਈ ਆ। ਹਾਂ 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 ਸੰਗਤ ਇੱਥੇ ਆਈ ਆ, ਉਹ ਸੰਗਤ ਕਹਿੰਦੀ ਵੀ ਸੰਗਤ ਦੀ ਇਹ ਚੀਜ਼ ਆ, ਸੰਗਤ ਦੇ ਸਪੁਰਦ ਹੋਣੀ ਚਾਹੀਦੀ ਆ, ਅਤੇ ਕਾਰ ਸੇਵਾ ਵਾਲਿਆਂ ਬਾਬੇ ਬਚਨ ਸਿੰਘ ਉਹਨਾਂ ਨੇ ਟੱਕ ਲਾ ਕੇ ਸੇਵਾ ਸ਼ੁਰੂ ਕੀਤੀ ਆ, ਇਹ ਨਿਰੰਤਰ ਸੇਵਾ ਕਾਰ ਸੇਵਾ ਵਾਲੇ ਬਾਬਿਆਂ ਦੇ ਸਪੁਰਦੀ ਰਹਿਣੀ ਚਾਹੀਦੀ ਆ। ਬਾਬਿਆਂ ਨੇ ਇੱਥੇ ਆਉਣਾ ਨਹੀਂ ਸੀ ਪਹਿਲਾਂ ਵੀ, ਬਾਬਾ ਸਰਵਣ ਸਿੰਘ ਹੁਣੀ 10 ਦਿਨ ਇੱਥੇ ਬੈਠੇ ਰਹੇ ਨੇ ਵੀ ਇਹ ਲੜਾਈ ਇੱਥੇ ਝਗੜਾ ਕੋਈ ਨਾ ਹੋਵੇ, ਅਤੇ ਅੱਜ ਵੀ ਫਿਰ ਬਾਬਿਆਂ ਨੂੰ ਬੀਬੀਆਂ ਇੱਥੇ ਲੈ ਕੇ ਆਈਆਂ ਨੇ, ਫਿਰ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਅਸੀਂ ਵੀ ਆ ਗਏ। ਸੋ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਵੀ ਇਹ ਵੱਡੀ ਗੱਲ ਆ, ਇਹ ਬਹੁਤੀ ਹਾਈਲਾਈਟ ਨਾ ਹੋਵੇ, ਅਤੇ ਇੱਥੇ ਹੀ ਇਸ ਗੱਲ ਦਾ ਨਗਰ ਨਿਵਾਸੀ ਸ਼ਹਿਰ ਨਿਵਾਸੀ ਫੈਸਲਾ ਕਰਦੇ ਨੇ, ਚਾਬੀਆਂ ਸੰਗਤ ਨੂੰ ਅਤੇ ਕਾਰ ਸੇਵਾ ਵਾਲਿਆਂ ਨੂੰ ਸੌਂਪ ਦੇਣ, ਅਤੇ ਜਿਹੜੀ ਸੇਵਾ ਬਾਬਾ ਬਚਨ ਸਿੰਘ ਔਰ ਬਾਬਾ ਸਰਵਣ ਸਿੰਘ ਦੀ ਦੇਖ ਰੇਖ ਹੇਠਾਂ ਇੱਕ ਨੇ ਨਿਰੰਤਰ ਸੇਵਾ। ਕੁਲਵਿੰਦਰ ਕੌਰ ਜੀ, ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਅਸੀਂ ਕਮੇਟੀ ਨਾ ਬਣੇ ਕਾਰ ਸੇਵਾ ਦੀ, ਸੇਵਾ ਜੇ ਪਹਿਲਾਂ ਚੱਲਦੀ ਆ, ਪਹਿਲਾਂ ਮਹਾਂਪੁਰਸ਼ਾਂ ਦੀ ਚੱਲਦੀ, ਦਿੱਲੀ ਵਾਲੇ ਚੱਲਦੀ, ਇੱਦਾਂ ਹੀ ਰਹੇ। ਪੈਸਿਆਂ ਪੂਸਿਆਂ ਦਾ ਗਬਨ ਵੀ ਹੋਇਆ? ਹਾਂਜੀ, ਪੈਸਿਆਂ ਦਾ ਗਬਨ ਹੋਇਆ, ਉਹਨਾਂ ਨੇ ਕਰਿਆ ਅਤੇ ਉਹਦਾ ਕੋਈ ਹਿਸਾਬ ਨਹੀਂ ਦਿੰਦੇ। ਕਮੇਟੀ ਸਾਨੂੰ ਕੋਈ ਹਿਸਾਬ ਨਹੀਂ ਦਿੰਦੀ ਹੈਗੀ, ਉਹ ਕਹਿੰਦੇ ਅਸੀਂ ਤਾਂ ਇੱਕ ਨੇ ਕਬਜ਼ਾ ਕਰਨਾ ਇੱਥੇ ਵੀ ਅਸੀਂ ਨਹੀਂ ਛੱਡਣਾ, ਇਹ ਸਾਰੇ ਪਾਸੇ ਲਾ ਦੇ। ਅੱਛਾ, ਦੋ ਟੋਕਰੀਆਂ ਅਸੀਂ ਬਣਾਉਣੀਆਂ ਨਹੀਂ ਚਾਹੁੰਦੇ, ਅਸੀਂ ਕਾਰ ਸੇਵਾ ਵਾਲੀ ਬਾਬਾ ਜੀ ਦੀ ਦਿੱਲੀ ਦੀ ਟੋਕਰੀ ਰੱਖ ਤੀ, ਇਹਨਾਂ ਦੀ ਟੋਕਰੀ ਸਾਡੀ ਕਾਰ ਸੇਵਾ ਵਾਲੀ ਟੋਕਰੀ ਚੱਲਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਥੇ ਜੀ ਆਪਣੇ ਜਿਹੜੇ ਸਿੰਘ ਹੋਰ ਆਏ ਹੋਏ ਸੀਗੇ, ਇੱਥੋਂ ਕਮੇਟੀ ਬਣੀ ਸੀ, ਉਹ ਕੋਈ ਬਣਾਈ ਨਹੀਂ ਸੀਗੀ ਕਿਸੇ ਨੇ ਵੀ, ਉਹ ਆਪਣੇ ਆਪ ਆ ਕੇ ਇੱਥੇ ਰੋਕ ਕਰਦੇ ਸੀ ਹਰੇਕ ਚੀਜ਼ 'ਤੇ। ਸਾਨੂੰ ਬੀਬੀਆਂ ਨੂੰ ਨਹੀਂ ਚੰਗਾ ਲੱਗਿਆ, ਅਸੀਂ ਕਿਰਪਾਨ ਭੇਟ ਵਾਲੇ ਬਾਬਾ ਜੀ ਕੋਲ ਜਾ ਕੇ ਬੇਨਤੀ ਅਸੀਂ ਕੀਤੀ ਵੀ ਬਾਬਾ ਜੀ ਸਾਡਾ ਸਾਥ ਦਿਓ, ਸਾਡਾ ਸਾਥ ਕੋਈ ਦੇਣ ਵਾਲਾ ਨਹੀਂ ਸੀਗਾ। ਅਤੇ ਉਹਦੇ ਸਾਥ ਦੇ ਨਾਲ ਬਾਬਾ ਜੀ ਦੇ ਨਾਲ ਅਸੀਂ ਕੱਲ੍ਹ ਉਹਨਾਂ ਨੂੰ ਕਿਹਾ ਵੀ ਨਾ ਸਾਨੂੰ ਕਾਰ ਸੇਵਾ ਚਾਹੀਦੀ ਆ, ਸਾਨੂੰ ਕੋਈ ਕਮੇਟੀ ਨਹੀਂ ਚਾਹੀਦੀ, ਨਾ ਇੱਥੇ ਸੀਗੀ ਅਤੇ ਨਾ ਅਸੀਂ ਵੰਡ ਦੇਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਦੀਸ਼ ਸਿੰਘ। ਕੀ ਮਾਮਲਾ ਕੀ ਜੀ ਗੁਰਦੁਆਰਾ ਗਾਂਧੀ ਗੰਜ ਦਾ? ਗੁਰਦੁਆਰਾ ਸਾਹਿਬ ਦਾ ਕੋਈ ਮਾਮਲਾ ਨਹੀਂ ਗਾ ਜੀ, ਬੜਾ ਵਧੀਆ ਕੰਮ ਚੱਲ ਰਿਹਾ ਸੀਗਾ। ਕੁਛ ਪਰਸਨ ਸੀਗੇ ਸ਼ਹਿਰ ਦੇ ਜਿਨ੍ਹਾਂ ਨੂੰ ਬਾਬਾ ਵਧਾਵਾ ਸਿੰਘ ਤੋਂ ਤਕਲੀਫ ਸੀ, ਉਹਨਾਂ ਨੇ 1-2 ਇਕੱਠ ਕੀਤੇ ਸ਼ਹਿਰ 'ਚ, ਗੁਰਦੁਆਰਾ ਚਰਨ ਕੌਲ ਸਾਹਿਬ ਕੀਤਾ 1 ਦਿਨ ਇਕੱਠ, 1 ਦਿਨ ਗੁਰਦੁਆਰਾ ਗਨੀ ਖਾਂ ਨਵੀਂਗਾਹ ਸਾਹਿਬ ਕੀਤਾ, ਬੜੇ ਬਾਬਿਆਂ ਨੂੰ ਬੁਲਾਇਆ, ਵਧਾਵਾ ਸਿੰਘ ਉਹਨਾਂ ਨੂੰ ਭੇਜਤਾ, ਤਾਂ ਉਸ ਤੋਂ ਬਾਅਦ ਸਾਰਾ ਕੁਛ ਸ਼ਾਂਤ ਵਧੀਆ ਓਪਰੇਟ ਚੱਲ ਰਿਹਾ, ਕੋਈ ਇੱਦਾਂ ਦੀ ਗੱਲਬਾਤ ਨਹੀਂ ਜੀ। ਕੋਈ ਗਬਨ ਨਹੀਂ ਹੋਇਆ ਜੀ, ਬਿਲਡਿੰਗ ਵੀ ਇੱਥੇ ਆ, ਸਾਰਾ ਕੁਛ ਹੀ ਆ, ਜਿਹੜਾ ਗੁਰੂ ਘਰ 'ਤੇ ਪੈਸਾ ਲੱਗਿਆ, ਗਬਨ ਕਿੱਦਾਂ ਹੋ ਸਕਦਾ ਜੀ? ਜਿਹੜਾ ਖਾਤਾ ਓਪਰੇਟ ਆ ਉਹ ਬਾਬਾ ਵਧਾਵਾ ਸਿੰਘ ਕਰਦੇ ਸੀ, ਨਾ ਕਿ ਮੈਂ ਕਰਦਾ ਸੀ। ਉਹ ਸਾਰੇ ਦਾ ਸਾਰਾ ਜਿਹੜਾ ਪੈਸਾ ਉਹ ਜਿੱਦਾਂ ਵਧਾਵਾ ਸਿੰਘ ਬਾਬਾ ਜੀ ਨੇ ਲਾਇਆ ਉੱਦਾਂ ਹੀ ਲੱਗਿਆ।
ਦੇਖੋ ਜੀ, ਮੇਰੇ ਰਿਸ਼ਤੇਦਾਰ ਦਾ ਜੇ ਕੋਈ ਹੋਵੇ ਟ੍ਰਾਂਸਫਰ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਜਿਹੜਾ ਕੈਸ਼ ਆ ਬਿਲਕੁਲ ਉਹ ਕੈਸ਼ ਉਹਨਾਂ ਨੇ ਮੈਨੂੰ ਦਿੱਤਾ, ਉਹਦਾ ਮੈਂ ਸਮਾਨ ਮਟੀਰੀਅਲ ਗੁਰੂ ਘਰ ਨੂੰ ਲਿਆ ਕੇ ਦਿੱਤਾ, ਉਹਦਾ ਇਕੱਲਾ ਇਕੱਲਾ ਰਿਕਾਰਡ ਪਿਆ, ਸਰੀਆ ਆਇਆ, ਲੇਬਰ ਨੂੰ ਪੈਸੇ ਦਿੱਤੇ ਜਾਂ ਕਿਤੇ ਵੀ ਲਾਇਆ, ਉਹ ਜੋ ਵੀ ਪੈਸਾ ਉਹਦਾ ਇਕੱਲਾ ਇਕੱਲਾ ਜਿਹੜਾ ਹਿਸਾਬ ਹੈ ਉਹ ਹੈਗਾ। ਇਸ ਤੋਂ ਅੱਜ ਤੋਂ ਪਹਿਲਾਂ ਕਈ ਦਿਨ ਪਹਿਲਾਂ ਜਿਹਨਾਂ ਜਿਹਨਾਂ ਵੱਲੋਂ ਹਿਸਾਬ ਮੰਗਿਆ ਗਿਆ ਉਹਨਾਂ ਨੂੰ ਅਸੀਂ ਦਿੱਤਾ। ਆਉਣ ਵਾਲੇ ਭਵਿੱਖ 'ਚ ਵੀ ਜੇ ਸਾਡੇ ਨਾਲ ਬਹਿ ਕੇ ਕੋਈ ਗੱਲ ਕਰੂਗਾ ਅਸੀਂ ਉਹ ਹਿਸਾਬ ਦੇਣ ਨੂੰ ਤਿਆਰ ਹਾਂ, ਉਹਦੇ ਵਿੱਚ ਕੋਈ ਲੁਕਾਉ ਨਹੀਂ। ਉਹ ਮਟੀਰੀਅਲ ਆਇਆ, ਬਿਲਡਿੰਗ ਬਣੀ ਹੈ, ਬਿਨਾਂ ਪੈਸੇ ਤੋਂ ਬਿਲਡਿੰਗ ਤਾਂ ਬਣ ਨਹੀਂ ਸਕਦੀ। ਦੇਖੋ ਜੀ, ਵਿਵਾਦ ਤਾਂ ਕੋਈ ਨਹੀਂ ਸੀਗਾ, ਬੜਾ ਵਧੀਆ ਚੱਲ ਰਿਹਾ ਸੀਗਾ। ਗੁਰੂ ਘਰ ਮੈਨੇਜਮੈਂਟ ਕਮੇਟੀ ਹੈ ਜਿਹੜੀ ਉਹ ਪ੍ਰਬੰਧ ਚਲਾ ਰਹੀ ਸੀਗੀ, ਸਾਰੀ ਦੇਖ ਰੇਖ ਚੱਲ ਰਹੀ ਹੈ, ਨਵੇਂ ਕਾਰਜ ਆ ਜਿਹੜੇ ਚੱਲ ਰਹੇ ਨੇ, ਬਿਲਡਿੰਗ ਕਿਹੜੀ ਹੋ ਗਈ ਆ ਉਹ ਪਲਸਤਰ ਹੋ ਰਿਹਾ, ਕੰਮ ਚੱਲ ਰਿਹਾ, ਨਵੇਂ ਅੱਗੇ ਵਿਉਂਤਬੰਦੀ ਬਣ ਰਹੀ ਸੀਗੀ, ਹਸਪਤਾਲ ਬਣਾਉਣਾ ਮਿੰਨੀ ਜਾਂ ਜੋ ਵੀ ਬਣ ਰਿਹਾ, ਗੁਰੂ ਘਰ ਦੀ ਦੇਖ ਰੇਖ ਚੱਲ ਰਹੀ। ਪਰ ਇੱਦਾਂ ਦਾ ਕੁਛ ਨਹੀਂ ਸੀਗਾ, ਅਚਾਨਕ ਹੀ ਰਾਤ ਜਿਹੜੇ ਆਪਣੇ ਬਾਬਾ ਜੀ ਨੇ ਸਰਵਣ ਸਿੰਘ ਜੀ, ਉਹਨਾਂ ਵੱਲੋਂ 10 ਵਜੇ ਆ ਕੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਮੁਲਾਜ਼ਮ ਸੀ ਆਪਣੇ ਕੱਟ 'ਤੇ ਅੰਦਰੋਂ ਜਿੰਦੇ ਮਾਰ ਲਏ ਕਰ ਲਏ। ਸਾਨੂੰ ਇਹਦੇ ਵਿੱਚ ਨਹੀਂ ਪਤਾ ਵੀ ਉਹਨਾਂ ਦੀ ਕੀ ਮਨਸਾ ਸੀ, ਉਹਨਾਂ ਨੇ ਕਿਉਂ ਜਿੰਦੇ ਲਾਏ ਜਾਂ ਕੀ ਕੀਤਾ, ਨਾ ਹੀ ਸਾਨੂੰ ਕੋਈ ਅਲਟੀਮੇਟ ਪਹਿਲਾਂ ਦਿੱਤਾ, ਨਾ ਸਾਨੂੰ ਪੁੱਛਿਆ ਗਿਆ ਕੁਛ, ਨਾ ਕੁਛ ਦੱਸਿਆ ਗਿਆ। ਇਹਦੇ ਬਾਰੇ ਬਿਲਕੁਲ ਨਹੀਂ ਸਾਨੂੰ ਪਤਾ ਜੀ, ਨਾ ਹੀ ਸਾਡੇ ਨਾਲ ਹੋਈ ਆ, ਜੇ ਕਿਤੇ ਹੋਈ ਆ ਤਾਂ ਸਬੂਤ ਦੇ ਦਿਓ ਜਾਂ ਕਦੋਂ ਹੋਈ ਹੈ, ਕੀ ਗੱਲਬਾਤ ਹੋਈ ਹੈ, ਜਾਂ ਉਹਨਾਂ ਨੇ ਕਿਸੇ ਨੂੰ ਦੱਸਿਆ, ਜਾਂ ਕੀ ਕੋਈ ਮੈਟਰ ਹੈ ਤਾਂ ਸਾਨੂੰ ਦੱਸੋ। ਦੇਖੋ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਵੀ ਇੱਕ ਜਿਹੜੀ ਪ੍ਰਬੰਧਕ ਕਮੇਟੀ ਰਜਿਸਟਰਡ ਕਮੇਟੀ ਆ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੀ ਹੈ, ਕੋਈ ਇੱਕ ਬੰਦਾ ਨਹੀਂ ਚਲਾ ਰਿਹਾ। ਜਿਹੜਾ ਰਾਤ ਘਟਨਾ ਹੋਈ ਹੈ, ਨਿਹੰਗ ਸਿੰਘਾਂ ਵੱਲੋਂ ਆ ਕੇ ਉੱਥੇ ਜ਼ਬਰਦਸਤੀ ਜਿੰਦੇ ਮਾਰੇ ਗਏ ਨੇ ਅਤੇ ਮੁਲਾਜ਼ਮ ਜਿਹੜੇ ਸੇਵਾਦਾਰ ਸੀਗੇ ਬਾਹਰ ਕੱਢਤੇ, ਉਹ ਸਾਰੀ ਅਸੀਂ ਲਿਖਤੀ ਜਿਹੜੀ ਸ਼ਿਕਾਇਤ ਹੈ ਪੁਲਿਸ ਪ੍ਰਸ਼ਾਸਨ ਨੂੰ ਦੇਤੀ ਹੈ, ਅੱਗੇ ਹੁਣ ਪੁਲਿਸ ਪ੍ਰਸ਼ਾਸਨ ਆ ਜਿਹੜੀ ਕਾਰਵਾਈ ਕਰੇਗੀ।